ਤਾਂ ਆ ਦੇਖੋ ਜੀ ਪਹਿਲੇ ਕੁਝ 4 ਮਿੰਟਾਂ ਦੇ ਵਿੱਚ ਇੱਥੇ ਗੋਲ ਬਣਾ ਦੇਣਾ ਆ ਖੂਲਾਕ ਨੇ ਖਿੱਚ ਕੇ ਲੱਗਦਾ ਸੀ ਮਾਰਿਆ ਸ਼ਾਟ ਪਰ ਨਾ ਜੀ ਨਾ ਬੀਟ ਕਰ ਰਿਹਾ ਗੋਲ ਜੀ ਨੂੰ ਮਿਹਨਤ ਦੇ ਨਾਲ ਗੋਲ ਕਰ ਕੇ ਮੌਂਟਰੀਅਲ ਕੈਨੇਡੀਅਨਸ ਪੱਕਾ ਹੀ ਇੱਥੇ ਕੰਧ ਦੇ ਨਾਲ ਨਾਲ ਤੇ ਖੂਲਾਕ ਦੂਜਾ ਗੋਲ ਸੀਜ਼ਨ ਦਾ ਮਾਰਿਆ ਸ਼ਾਟ ਖਿੱਚ ਕੇ ਤੇ ਕਰ ਦਿੱਤਾ ਗੋਲ ਮੌਂਟਰੀਅਲ ਕੈਨੇਡੀਅਨਸ ਨੇ ਲੱਗੀ ਪੱਕ ਇੱਥੇ ਮਜ਼ਨ ਦੇ ਮੋਢੇ 'ਚ ਹਾਂਜੀ ਤਾਂ ਵਧੀਆ ਸਕਰੀਨ ਵੀ ਦੋ ਸੀ ਇੱਥੇ ਮੌਂਟਰੀਅਲ ਦੇ ਖਿਡਾਰੀਆਂ ਨੇ ਕੀਤੇ ਪਰ ਉੱਥੇ ਵੀ ਨਹੀਂ ਹਟੇ ਆ ਦੇਖਦੇ ਆ ਦੋ ਤੇ ਇੱਕ ਤੇ ਆ ਦੇ ਆ ਆ ਦੇਖਿਓ ਖਿੱਚ ਕੇ ਨਿਸ਼ਾਨਾ ਮਾਰਨਾ ਸਜ਼ੂਕੀ ਨਿਕ ਸਜ਼ੂਕੀ ਨੇ ਕਰ ਲੈਣਾ 13ਵਾਂ ਗੋਲ ਸੀਜ਼ਨ ਦਾ ਵਧੀਆ ਪਾਸ ਮਿਲਣਾ ਟਾਇਲਰ ਟੋਫੋਲੀ ਤੋਂ ਬੋਰਡਸ ਰਾਹੀਂ ਪਾਸ ਦੇਣਾ ਸ਼ਾਟ ਤਾਂ ਹਲਕਾ ਹੀ ਜਿਹਾ ਸੀਗਾ ਪਰ ਫਿਰ ਵੀ ਕਰ ਗਿਆ ਗੋਲ ਹਾਂਜੀ ਮਾੜਾ ਗੋਲ ਇੱਥੇ ਜੈਕ ਕੈਂਬਲ ਪੱਖੋਂ ਪਰ ਟੋਰਾਂਟੋ ਨੇ ਜਵਾਬ ਦਿੱਤਾ ਆ ਇੱਕ ਹੋਰ ਮਾੜਾ ਗੋਲ ਦੇਖ ਲਓ ਪੀਅਰ ਐਂਗਵਲ ਨੇ ਕੀਤਾ ਐਲਨ ਇੱਥੇ ਤਿਆਰ ਨਹੀਂ ਸੀਗਾ ਥੋੜੀ ਜੀ ਟ੍ਰੈਫਿਕ ਨੈਟ ਦੇ ਸਾਹਮਣੇ ਪਰ ਦੇਖੋ ਇਹ ਤਾਂ ਬਚਾਉਣਾ ਚਾਹੀਦਾ ਸੀ ਨੂੰ ਐਂਗਵਲ ਦੇ ਇੱਥੇ ਕਿਸਮਤ ਸਾਥ ਦੇਗੀ ਪਰ ਗੋਲ ਕਰਾ ਗਿਆ ਮਾੜਾ ਐਲਨ ਆਪਣੇ ਸਿਰ 2-1 ਸਕੋਰ ਸੀ ਤਾਂ ਇੱਥੇ ਇੱਕ ਹੋਰ ਕਰ ਦੇਣਾ ਟੋਰਾਂਟੋ ਨੇ ਹੁਣ ਕਰ ਦੇਣਾ ਵਿਲੀਅਮ ਨੀਲੈਂਡਰ ਕਰ ਗਿਆ ਬਿਲਾ ਨੀਲੈਂਡਰ 17ਵਾਂ ਗੋਲ ਆਪਣੇ ਸੀਜ਼ਨ ਦਾ ਤੇ ਵਧੀਆ ਟਿਪ ਜਿਹਾ ਪਾਸ ਇੱਥੇ ਜੇਣਾ ਜੇਟੀ ਨੇ ਆ ਦੇਖੋ ਜੀ ਆਏ ਹਾਏ 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 ਲੱਗਦਾ ਇਹ ਫਲੂਕੀ ਜਿਹਾ ਸੀ ਪਰ ਨਹੀਂ ਇੱਕ ਕਲਵਿੰਦਰ ਬਿੱਲੇ ਦਾ ਰਿਸ਼ਤੇਦਾਰ ਹੈ ਨਹੀਂ ਬਿੱਲਾ ਨੀਲੈਂਡਰ ਪਰ ਆ ਦੇਖੋ ਗੋਲ ਕਰ ਦਿੱਤਾ ਮਿਚ ਮਾਰਨਰ ਨੇ ਗੋਲ ਇੱਥੇ ਫਿਰ ਐਲਨ ਸੁੱਤਾ ਹੋਇਆ ਫੇਸ ਆਫ ਦੀ ਸ਼ੁਰੂਆਤ ਤੋਂ ਬਾਅਦ ਕਰ ਗਿਆ ਗੋਲ ਮਿਚਲ ਮਾਰਨਰ ਦਾ ਬੀਮਾ ਗੋਲ ਸੀ ਸੀਜ਼ਨ ਦਾ ਪਰ ਫਿਰ ਮੌਂਟਰੀਅਲ ਦੀ ਖੇਡ ਠੰਡੀ ਹਾਂਜੀ ਤੀਜੇ ਪੀਰੀਅਡ ਦੇ ਵਿੱਚ ਜਾਂਦੇ ਆ ਜਿੱਥੇ ਐਮਪਟੀ ਨੈਟ ਜੇ ਇੱਥੇ ਦੇਖਿਓ ਲੱਗਦਾ ਸੀ ਮੌਕਾ ਮਿਲ ਜਾਣਾ ਪਰ ਕਿਆ ਬਾਤ ਇੱਥੇ ਵਧੀਆ ਬਚਾ ਜੈਕ ਕੈਂਬਲ ਰੀਬਾਉਂਡ ਵੀ ਸੰਭਾਲ ਗਿਆ ਤਾਂ ਕਹਿੰਦਾ ਨਾ ਜੀ ਨਾ ਅੱਜ ਨਹੀਂ ਗੋਲ ਹੋਣਾ ਤੋ ਤੀਜਾ ਤਾਂ ਆਖਰੀ ਸਕਿੰਟਾਂ ਦੇ ਵਿੱਚ ਇੱਥੇ ਦੇਖੋ ਇੱਕ ਹੋਰ ਸ਼ਾਟ ਮਾਰਿਆ ਕੋਰੀ ਪੈਰੀ ਨੇ ਪਰ ਨਹੀਂ ਜਿੱਤ ਗਏ ਜੀ ਟੋਰਾਂਟੋ ਮੇਪਲ ਲੀਫ ਜਿੱਤ ਗਏ ਤਾਂ ਨੋਰਥ ਡਿਵੀਜ਼ਨ ਦੇ ਚੈਂਪੀਅਨ ਬਣ ਗਏ ਜੀ ਉੱਤਮ ਟੀਮ ਤਾਂ ਨੰਬਰ 1 ਸੀਡ ਹੁਣ ਇਹਨਾਂ ਨੂੰ ਮਿਲ ਗਈ ਉਹਨਾਂ ਦੀ ਗੱਲ ਥੋੜ੍ਹੇ ਚਿਰ 'ਚ ਕਰ